ਆਸ਼ਿਕ ਨੇ ਕਰਤਾ ਮਸ਼ੂਕ ਦਾ ਕਤਲ, ਤੁਰੀ ਜਾਂਦੀ ਦੇ ਉੱਪਰੋਂ ਚੜਾਤੀ ਕਾਰ, ਜਿਮ ਤੋਂ ਘਰ ਪਰਤ ਰਹੀ ਸੀ ਪ੍ਰੇਮਿਕਾ, ਪੂਰਾ ਪਲੈਨ ਬਣਾ ਕੇ ਕੀਤੀ ਵਾਰਦਾਤ, ਵਿਆਹ ਨਾ ਕਰਵਾਉਣ ਪਿੱਛੇ ਕੀਤਾ ਕਤਲ। ਕੁਝ ਦਿਨ ਪਹਿਲਾਂ ਇੱਕ CCTV ਸਾਹਮਣੇ ਆਈ ਸੀ ਜਿਸ ਦੇ ਵਿੱਚ ਜਿਮ ਤੋਂ ਪਰਤ ਰਹੀ ਕੁੜੀ ਹਾਦਸੇ ਦਾ ਸ਼ਿਕਾਰ ਹੋਈ ਸੀ। ਇੱਕ ਤੇਜ਼ ਰਫਤਾਰ ਕਾਰ ਨੇ ਉਸਨੂੰ ਜ਼ੋਰਦਾਰ ਟੱਕਰ ਮਾਰੀ ਸੀ ਔਰ ਉਸ ਲੜਕੀ ਦੀ ਮੌਤ ਹੋਈ ਸੀ। ਜਦੋਂ ਪੁਲਿਸ ਦੇ ਵੱਲੋਂ CCTV ਤਸਵੀਰਾਂ ਨੂੰ ਆਧਾਰ ਬਣਾ ਕੇ ਇਸ ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਉਸ ਲੜਕੀ ਦੇ ਆਸ਼ਕ ਨੇ ਹੀ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਵਜ੍ਹਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਲੜਕੀ ਆਪਣੇ ਪ੍ਰੇਮੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਲਗਾਤਾਰ ਦਬਾਅ ਬਣਾ ਰਹੀ ਸੀ ਪਰ ਇਸਦਾ ਪ੍ਰੇਮੀ ਵਿਆਹ ਤੋਂ ਮਨਾ ਕਰਦਾ ਸੀ, ਜਿਸ ਤੋਂ ਦੁਖੀ ਹੋ ਕੇ ਪ੍ਰੇਮੀ ਦੇ ਵੱਲੋਂ ਆਪਣੇ ਹੀ ਮਸ਼ੂਕ ਦਾ ਕਤਲ ਕੀਤਾ ਗਿਆ। ਤੁਰੀ ਜਾਂਦੀ ਦੇ ਉੱਪਰੋਂ ਕਾਰ ਚੜਾ ਦਿੱਤੀ। ਤਾਂ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਅਧੀਨ ਹਰਗੋਬਿੰਦ ਨਗਰ ਇਲਾਕੇ ਦੀ ਲੜਕੀ 'ਤੇ ਕੁਝ ਦਿਨ ਪਹਿਲਾਂ ਆਸ਼ਕ ਦੇ ਵੱਲੋਂ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਗੱਡੀ ਚਾੜ ਕੇ ਕਤਲ ਕੀਤਾ ਗਿਆ ਸੀ। ਦਰਅਸਲ ਮਾਮਲਾ ਲੜਕੀ ਦੇ ਨਾਲ ਇਸ ਲੜਕੇ ਦੇ ਸੰਬੰਧ ਸਨ, ਜਿਸ ਦੇ ਚੱਲਦਿਆਂ ਲੜਕੀ ਨੇ ਵਿਆਹ ਕਰਵਾਉਣ ਦੇ ਲਈ ਦਬਾਅ ਪਾਇਆ ਤਾਂ ਲੜਕੇ ਨੇ ਮਨਾ ਕਰ ਦਿੱਤਾ ਅਤੇ ਇਸੇ ਵਜ੍ਹਾ ਕਰਕੇ ਉਸਨੇ ਰੇਕੀ ਕੀਤੀ ਅਤੇ ਫਿਰ ਲੜਕੀ ਦੇ ਉੱਪਰੋਂ ਗੱਡੀ ਚਾੜ ਦਿੱਤੀ ਅਤੇ ਉਸਦਾ ਕਤਲ ਕਰ ਦਿੱਤਾ, ਜਿਸ ਦੇ ਚੱਲਦਿਆਂ ਇਹਨਾਂ ਨੇ ਯੋਜਨਾ ਬਣਾਈ ਕਿ ਐਕਸੀਡੈਂਟ ਦਾ ਮਾਮਲਾ ਦਰਜ ਹੋਵੇਗਾ। ਉਧਰ ਪੁਲਿਸ ਦੇ ਵੱਲੋਂ ਬਰੀਕੀ ਦੇ ਨਾਲ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਲੜਕਾ ਲਖਵਿੰਦਰ ਸਿੰਘ, ਜਿਸ ਦੇ ਇਸ ਲੜਕੀ ਦੇ ਨਾਲ ਸੰਬੰਧ ਸਨ, ਉਹ ਗੱਡੀ ਚਲਾ ਰਿਹਾ ਸੀ ਔਰ ਪੂਰਾ ਪਲੈਨ ਬਣਾ ਕੇ ਰੇਕੀ ਕਰਕੇ ਲਖਵਿੰਦਰ ਸਿੰਘ ਨੇ ਆਪਣੀ ਮਸ਼ੂਕ ਦਾ ਕਤਲ ਕਰ ਦਿੱਤਾ। ਜਿਮ ਤੋਂ ਘਰ ਜਾ ਰਹੀ ਸੀ, ਉਸਦੇ ਉੱਪਰੋਂ ਕਾਰ ਚਾੜ ਦਿੱਤੀ ਤਾਂ ਪੁਲਿਸ ਦੇ ਵੱਲੋਂ ਹੁਣ ਇਸ ਅੰਨੇ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ। ਇਹ ਜੀ ਮੁਕੱਦਮਾ ਨੰਬਰ 42 ਮਿਤੀ 11/5/24 ਐਕਸੀਡੈਂਟ ਦਾ ਇੱਕ ਪਰਚਾ ਦਰਜ ਹੋਇਆ ਸੀ ਡਿਵੀਜ਼ਨ ਨੰਬਰ 3 ਦੇ ਵਿੱਚ ਅਤੇ ਇਹਦੇ ਵਿੱਚ ਸਾਨੂੰ ਭੋਗ ਕਰਦਿਆਂ ਕਰਦਿਆਂ ਕੋਈ ਚੀਜ਼ ਛੱਕੀ ਆਈ ਸਾਹਮਣੇ। ਜਦੋਂ ਅਸੀਂ ਵੀਡੀਓ ਨੂੰ ਇੱਕ ਦੋ ਵਾਰੀ ਵੇਖਿਆ ਤਾਂ ਸਾਨੂੰ ਕੋਈ ਸ਼ੱਕ ਪਿਆ ਉਹਦੇ ਵਿੱਚ ਕਿ ਸਾਰੀ ਸੜਕ ਖਾਲੀ ਪਈ ਆ ਅਤੇ ਗੱਡੀ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਜਾਣ ਕੇ ਮਾਰੀ ਹੈ। ਉਹ ਜਦੋਂ ਅਸੀਂ ਆਪਣੀ ਟੈਕਨੀਕਲ ਵਿੰਗ ਦੇ ਨਾਲ ਡੰਘਾਈ ਨਾਲ ਇਹਦੀ ਤਫਤੀਸ਼ ਕੀਤੀ ਅਤੇ ਉਹਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਇੱਕ ਦੋ ਦਿਨ ਪਹਿਲਾਂ ਮਾਈਕਰਾ ਗੱਡੀ ਅਤੇ ਸਕਾਰਪੀਓ ਗੱਡੀ 'ਤੇ ਜਿਵੇਂ ਰੈਕੀ ਹੋਈ ਹੈ ਇਹਨਾਂ ਦੀ, ਉਹਦੇ ਸੰਬੰਧ ਦੇ ਵਿੱਚ ਜਿਹੜੀ ਇਹ ਜਿਹੜੇ ਦੋਸ਼ੀ ਆ ਦੋਵੇਂ ਲਖਵਿੰਦਰ ਅਤੇ ਕੁਲਵਿੰਦਰ ਸਿੰਘ, ਇਹਨਾਂ ਦੇ ਘਰ ਵੀ ਇਹਨਾਂ ਦਾ ਆਉਣ ਜਾਣ ਸੀ। ਲੜਕੀ ਸਵੀਟੀ ਜਿਹੜੀ ਆ ਇਹ ਰਹਿੰਦੇ ਇੱਥੇ ਆਪਣੇ ਨਿਊ ਹਰਗੋਬਿੰਦ ਨਗਰ ਗਲੀ ਨੰਬਰ 2 ਦੇ ਵਿੱਚ। ਉਹ ਜਦੋਂ ਸ਼ੱਕ ਪੈਣ 'ਤੇ ਅਸੀਂ ਇਹਨਾਂ ਨੂੰ ਦੁਬਾਰਾ ਬੁਲਾਇਆ, ਇਹ ਤਾਂ ਆਪਣੇ ਵੱਲੋਂ ਮਸਤ ਹੋ ਗਏ ਸੀ ਕਿ ਐਕਸੀਡੈਂਟ ਦਾ ਪਰਚਾ ਦਰਜ ਹੋ ਗਿਆ ਕਿ ਠੀਕ ਹੈ। ਹੁਣ ਨਾਲ ਅਸੀਂ ਇਹਦੀ ਮਾਤਾ ਨੂੰ ਵੀ ਸੱਦਿਆ ਲੜਕੀ ਦੀ ਨੂੰ, ਉਹ ਸਾਨੂੰ ਵੀਡੀਓ ਦੇਖਦਿਆਂ ਦੇਖਦਿਆਂ ਇਸ ਤਰ੍ਹਾਂ ਸ਼ੱਕ ਪਿਆ ਕਿ ਜਿਵੇਂ ਕੁਲਵਿੰਦਰ ਸਿੰਘ ਵਰਗਾ ਬੰਦਾ ਸਾਨੂੰ ਲੱਗਾ ਉਹਦੇ ਵਿੱਚ, ਕਿ ਲੱਗਦਾ ਹੈ ਕਿ ਯਾਰ ਜਿਹੜੀ ਇੱਕ ਦੋ ਦਿਨ ਪਹਿਲਾਂ ਰੈਕੀ ਹੋਈ ਹੈ ਇਹ ਲੱਗਦਾ ਉਹ ਬੰਦਾ। ਜਦੋਂ ਅਸੀਂ ਉਹਨੂੰ ਡੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਬੰਦਾ ਉਹੀ ਨਿਕਲਿਆ। ਉਹ ਮੰਨ ਗਏ ਕਿ ਅਸੀਂ ਇਹਦੀ ਦੋ ਦਿਨ ਪਹਿਲਾਂ ਬਕਾਇਦਾ ਰੈਕੀ ਜਿਹੜੀ ਕੀਤੀ ਗਈ ਆ।
ਅਤੇ ਗਿਣ ਮਿੱਥ ਕੇ ਇਹਨੂੰ ਜਿਹੜਾ 10 ਤਰੀਕ ਨੂੰ ਇਹਨਾਂ ਨੇ ਫਿਰ ਐਕਸੀਡੈਂਟ ਉਹਦੇ ਨਾਲ ਐਗਜ਼ਾਈਲੋ ਗੱਡੀ ਨਾਲ ਕੀਤਾ। ਨਹੀਂ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ, ਸਿਰਫ ਇਹ ਮਤਲਬ ਲੜਕੀ ਦੀ ਗੱਲਬਾਤ ਸੀਗੀ ਲਖਵਿੰਦਰ ਸਿੰਘ ਨਾਲ, ਅਤੇ ਉਹ ਹੁਣ ਇਹ ਲੜਕੀ ਦਬਾਅ ਪਾਉਂਦੀ ਸੀਗੀ ਵਿਆਹ ਕਰਾਉਣ ਨੂੰ, ਉਹ ਚਾਹੁੰਦਾ ਨਹੀਂ ਸੀ ਵਿਆਹ ਕਰਾਉਣਾ, ਮੇਨ ਗੱਲ ਆਈ ਸੀ ਇਹਨਾਂ ਦੀ।